ਦੁੱਲਾ ਬਰਕਾ ਤੂੰ ਕੀ ਹਾਲ ਹੈ ਜੀ? ਸਾਰਿਆਂ ਦੋਸਤਾਂ ਦਾ ਸਭ ਠੀਕ ਠਾਕ ਨੇ, ਖੈਰੋਫੀਅਤ ਨਾਲ ਨੇ? ਬੰਦਾ ਸ਼ੌਕੀਨ ਹੋਵੇ, ਬੱਕਰੀ ਘਲੋ ਲੱਗ ਜਾਏ ਕਿਵੇਂ ਹੋ ਸਕਦਾ? ਉਹ ਜਨਾਬ ਸਕੂਟਰੀ ਖਲੀ ਅਤੇ ਆ ਜਨਾਬ ਅਸੀਂ ਲੱਗਦੇ ਆਸ ਪੇ ਚਨਿਓਟ, ਜ਼ਿਲ੍ਹਾ ਚਨਿਓਟ ਅਤੇ ਪਿੰਡ ਦਾ ਨਾਂ ਹੈ ਜੋਤ। ਬਾਈ ਰਿਆਜ਼ ਸਾਨੂੰ ਮਿਲ ਗਏ ਨੇ, ਬੜਾ ਦਿਲ ਖੁਸ਼ ਹੋਇਆ। ਮੈਂ ਕਿਹਾ ਚਲੋ ਇਹਨਾਂ ਨਾਲ ਜੱਟ ਗੱਪ ਸ਼ੱਪ ਲਾ ਲਈਏ, ਕੋਈ ਬੱਕਰੀ ਦਾ ਦੁੱਧ ਸ਼ੁੱਧ ਪੀ ਲਈ ਅਸੀਂ ਵੀ, ਸਾਨੂੰ ਥੋੜ੍ਹਾ ਦਿਨ ਥੋੜ੍ਹਾ ਨਹੀਂ ਸੈੱਟ ਹੁੰਦਾ ਵੇ ਕੰਮ। ਅਤੇ ਜਨਾਬ ਜਿਹੜੀ ਗੱਲ ਮੇਨ ਸੀ ਉਹ ਇਹ ਸੀ ਕਿ ਜੀ ਇਹ ਹੁਣ ਜਿਹੜੀ ਚਰਾਈ ਕਰ ਰਹੀਆਂ ਨੇ ਬੱਕਰੀਆਂ, ਇਸ ਤੋਂ ਅੱਛੀ ਚਰਾਈ ਕੋਈ ਨਹੀਂ, ਬੱਕਰੀਆਂ ਦੀ ਹੈਲਥ ਵਾਸਤੇ, ਸਿਹਤ ਵਾਸਤੇ, ਅਤੇ ਜਿਹੜਾ ਨਾ ਫਰੀ ਇਹਨਾਂ ਜਨਾਬ ਹੈ ਰੋਡ ਦੇ ਨਾਲ ਨਾਲ ਇੱਧਰ ਉੱਧਰ ਕਾਫੀ ਬੇਰੀਆਂ ਸ਼ੇਰੀਆਂ ਲੱਗੀਆਂ ਨੇ, ਫਿਰਦਿਆਂ ਟੁਰਦਿਆਂ ਇਹਨਾਂ ਕਰ ਲੈਣਾ ਵੇ ਗੱਪ ਸ਼ੱਪ ਲਗਾ ਕੇ, ਅਤੇ ਇਹਨਾਂ ਨਾਲ ਫਿਰਦਿਆਂ ਟੁਰਦਿਆਂ ਨਾਲ ਜਾਨਵਰ ਆਪਣੇ ਰਜਾ ਕੇ ਲੈ ਜਾਣੇ ਨੇ, ਇਹ ਹੁੰਦੇ ਨੇ ਜੀ ਫਰੀ। ਅਸਲ 'ਤੇ ਤੁਹਾਨੂੰ ਦੱਸਿਆ ਸੀ ਜੀ ਕਿ ਹੁਣ ਵੜੀ ਹੈ ਨਾ ਵਾੜੇ ਦੇ ਵਿੱਚ, ਅਤੇ ਕੋਈ ਇੱਕ ਜਾਨਵਰ ਜਿਹੜਾ ਨਾ ਚੰਗਾ ਤੁਹਾਨੂੰ ਨਜ਼ਰ ਆਉਂਦਾ ਹੈ, 2, 3, 4, 5, ਬਾਕੀ ਨਾਰਮਲੀ ਜੀ ਹੁੰਦੇ ਨੇ ਤਕਰੀਬਨ ਸਾਰੇ ਜਾਨਵਰ, ਸਾਰੇ ਉਹਨਾਂ ਦਾ ਮੀਡੀਅਮ, ਕਿਉਂਕਿ ਚੰਗੇ ਜਾਨਵਰ ਜਿਹੜੇ ਨੇ ਅਸਾਂ ਲੋਕਾਂ ਮਾਰੇ ਬੜੇ ਨੇ। ਮੇਨ ਰੋਡ 'ਤੇ ਖਲੇ ਹਾਂ ਜੀ, ਸ਼ੋਰ ਸ਼ਰਾਬਾ ਵਾਹ ਵੈ, ਲੇਕਿਨ ਮੈਂ ਕਿਹਾ ਚਾਚੇ ਰਿਆਜ਼ ਰਾਂ ਦੀਆਂ ਬੱਕਰੀਆਂ ਛੱਕਰੀਆਂ ਵਿਖਾ ਦੇਈਏ, ਚਾਚੇ ਹੋਰੀ ਜਾ ਕੇ ਕੋਈ ਡਾਂਗੀ ਚਾਂਗੀ ਪਾ ਕੇ ਉੱਤੋਂ ਇੱਕ ਅੱਧੀ ਲਾਹਣ ਲੱਗੇ ਨੇ। ਅੱਜ ਕਿੰਨੇ ਅਰਸੇ ਤੋਂ ਕੰਮ ਕਰ ਰਹੇ ਤੁਸੀਂ ਬੱਕਰੀਆਂ ਦਾ? 35 ਸਾਲ ਹੋ ਗਏ ਨੇ। ਅਤੇ ਮੇਨ ਫੋਕਸ ਤੁਹਾਡਾ ਕੋਈ ਕੁਰਬਾਨੀ ਦੇ ਬੱਕਰੇ ਛੱਕਰੇ ਕੋਈ ਨਹੀਂ ਹੁੰਦੇ? ਆਉਂਦੇ ਨੇ, ਐਨਾ ਚੋਣਾ ਹੈ ਕੋਈ ਬੱਕਰੇ ਕੁਰਬਾਨੀ? ਬੱਕਰੇ ਬਸ ਇਤਨੇ ਹੀ ਹੁੰਦੇ ਨੇ। ਅੱਛਾ, ਬੇਡਾਂ ਲੈ ਲਏ ਤੁਸੀਂ ਜ਼ਿਆਦਾ ਰੱਖੇ ਨੇ, ਅਤੇ ਮਤਲਬ ਤੁਸੀਂ ਹੁਣ 3 ਬੰਦੇ ਅੰਕਲ ਜੀ ਲੱਗੇ ਹੋ, ਆਏ ਹੋ ਸਾਰਾ ਦਿਨ ਨਾਲ ਹੋ, ਅਤੇ ਕੀ ਸਿਸਟਮ ਹੈ ਮਤਲਬ ਤੁਸੀਂ ਕਿਤਨਾ ਕੁ ਇਹਦੇ 'ਚੋਂ ਕੀ ਸਮਝ ਆਉਂਦਾ ਵੇ 3 ਬੰਦੇ ਸਾਰਾ ਦਿਨ ਨਾਲ ਨਾਲ ਜੀ? ਉਹਦੇ 'ਚ ਕੋਈ ਸ਼ੱਕ ਨਹੀਂ, ਵੇਖ ਲਓ ਜੀ ਸਾਡੇ ਜਿਤਨੇ ਨਬੀ ਪੈਗੰਬਰ ਗੁਜ਼ਰੇ ਨੇ ਉਹਨਾਂ ਦਾ ਇਹ ਪੇਸ਼ਾ ਹੈ, ਕਾਰੋਬਾਰ ਆ ਹੀ ਉਹਨਾਂ ਦਾ, ਸਾਰੇ ਨਬੀ ਪੈਗੰਬਰ ਸਾਡੇ ਬੱਕਰੀ 'ਚੋਂ ਗੁਜ਼ਰ ਕੇ ਗਏ ਨੇ, ਉਹਨਾਂ ਸਾਰਿਆਂ ਨੇ ਕੀਤਾ, ਬੱਕਰੀਆਂ ਚਰਾਈਆਂ ਨੇ, ਬਹੁਤ ਅੱਛੀ ਗੱਲ ਹੈ। ਅਤੇ ਬੱਕਰੀਆਂ ਸੁਨਤ ਹੈ, ਅਰਜੰਤੀ ਜਾਨਵਰ ਹੈ, ਮੁਫਲਿਸੀ ਦੇ ਗਰੀਬੀ ਦੇ 70 ਦਰਵਾਜ਼ੇ ਬੰਦ ਕਰਦੀ ਹੈ ਬੱਕਰੀ, ਜਿਸ ਘਰ 'ਚ ਮੁਫਲਿਸੀ ਨਾ ਜਾ ਰਹੀ ਹੋ ਬੱਕਰੀ ਕਰਾ ਜੀ ਜੀ ਠੀਕ ਹੋ ਗਿਆ, ਮੁੱਲ ਲੈ ਲੈਂਦੇ ਹੋ? ਇਹ ਲੈ ਨੂੰ 20,000, 16,000, 15,000, 21,000 ਤੋਂ ਆ ਬੱਕਰੀਆਂ ਘਰੇ ਦੀਆਂ ਨੇ ਸਾਰੀਆਂ? ਹਾਂ, ਬੱਕਰੀਆਂ ਘਰੇ ਦੀਆਂ, ਅਤੇ ਇਹ ਲੈਲਿਆਂ ਦੇ ਵਿੱਚ ਕੁਰਬਾਨੀ 'ਤੇ ਨਾ ਵਿਕਣਾ 65, 75, 80 ਮਾਸ਼ਾਅੱਲਾ, ਇਸ ਹਿਸਾਬ ਦੇ ਨਾਲ ਵਿਕਣਾ ਠੀਕ ਹੋ ਗਿਆ। ਹੁਣ ਇਹ ਖਰੀਦੇ ਕਿੰਨੇ ਦਿਨ? ਇਹ ਖਰੀਦੇ ਨੂੰ ਕੋਈ 15,000 ਦਾ, ਕੋਈ 16,000 ਦਾ, ਕੋਈ 20 ਦਾ, ਕੋਈ 21 ਦਾ, ਯਾਨੀ 20 ਲਿਆ ਕੇ ਤੁਹਾਨੂੰ ਇਹਦੇ ਉੱਤੇ ਮਜ਼ੀਦ